ਬੱਸ ਯੂਨੀਅਨ ਪੰਜਾਬ ਜਨਰਲ ਸਕੱਤਰ। ਕਿਸ ਤਰ੍ਹਾਂ ਦਾ ਧਰਨਾ ਜੀ ਕਿੱਥੇ ਲਾਇਆ? ਸਰ ਤੁਹਾਨੂੰ ਪਤਾ ਕਿ ਅਸੀਂ 8 ਸਤੰਬਰ ਤੋਂ ਲੈ ਕੇ DC ਦਫ਼ਤਰ ਅੱਗੇ ਧਰਨਾ ਲਗਾ ਰਹੇ, ਪੱਕਾ ਸਾਡਾ ਧਰਨਾ ਚੱਲ ਰਿਹਾ ਹੈਗਾ। ਸਾਡਾ ਜਿਹੜਾ ਪਰਪਜ਼ ਹੈਗਾ ਪੋਸਟਾਂ ਦੇ ਲਈ ਹੈਗਾ, ਅਸੀਂ ਸਿੱਖਿਆ ਮੰਤਰੀ ਨਾਲ ਬਹੁਤ ਜ਼ਿਆਦਾ ਮੀਟਿੰਗਾਂ ਕਰ ਲਈਆਂ ਨੇ ਜੋ ਕਿ ਬੇਸਿੱਟਾਂ ਰਹੀਆਂ ਨੇ ਹੁਣ ਤੱਕ, ਅਤੇ ਹੁਣ ਤੁਸੀਂ ਦੇਖਿਆ ਕਿ ਪਰਸੋਂ ਜਿਹੜਾ ਨੋਟੀਫਿਕੇਸ਼ਨ ਦਿੱਤਾ ਹੈਗਾ ਉਹਨਾਂ ਨੇ, ਉਹਦੇ ਵਿੱਚ ਪੰਜਾਬੀ ਦੀਆਂ 60 ਪੋਸਟਾਂ ਅਤੇ SST ਦੀਆਂ 52 ਪੋਸਟਾਂ ਅਤੇ ਹਿੰਦੀ ਦੀਆਂ 40 ਪੋਸਟਾਂ ਦਿੱਤੀਆਂ ਨੇ, ਜਿਹੜੀਆਂ ਕਿ ਮਿਲਾ ਕੇ 152 ਬਣਦੀਆਂ ਨੇ। ਅਤੇ ਇਸ ਦਾ ਜਿਹੜਾ ਹੈਗਾ ਕਿ ਜ਼ਿਆਦਾ ਜਿਹੜਾ ਹੈਗਾ SST 3 ਸਬਜੈਕਟਾਂ ਨਾਲ ਲੈਗੀ, ਹਿੰਦੀ ਨਾਲ ਵੀ ਆ, ਪੰਜਾਬੀ ਨਾਲ ਵੀ ਆ, ਅਤੇ ਇੰਗਲਿਸ਼ ਨਾਲ ਵੀ ਕੰਬੀਨੇਸ਼ਨ ਹੈਗਾ। ਅਤੇ ਇਹ ਲਗਭਗ 30,000 ਦੇ ਕਰੀਬ ਕੈਂਡੀਡੇਟ ਇਕੱਲਾ SST ਦਾ ਗਾ। ਇਹ ਇੱਕ ਹਾਸੋਹੀਣਾ ਅਤੇ ਮਜ਼ਾਕ ਆ, ਕੋਝਾ ਮਜ਼ਾਕ ਕੀਤਾ ਸਰਕਾਰ ਨੇ ਕਿ 52 ਪੋਸਟਾਂ, ਜਦਕਿ ਸਰਕਾਰੀ ਸਕੂਲਾਂ ਦੇ ਵਿੱਚ ਅਨੇਕਾਂ ਪੋਸਟਾਂ ਨੇ ਜਿਹੜੀਆਂ ਖਾਲੀ ਪਈਆਂ ਨੇ। ਅਤੇ ਇੱਕ ਖਾਸ ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਪੰਜਾਬ, ਸਾਰੇ ਪੰਜਾਬ ਨੂੰ ਛੱਡ ਕੇ ਹੁਣ ਤੱਕ ਕਦੇ ਵੀ ਇਹ ਨਹੀਂ ਹਿਸਟਰੀ ਦੇ ਵਿੱਚ ਨਹੀਂ ਵਾਪਰਿਆ ਹੈਗਾ ਕਿ ਇਕੱਲੇ ਬਾਰਡਰ ਏਰੀਏ 'ਤੇ ਭਰਤੀ ਕੀਤੀ ਗਈ ਹੋਵੇ। ਅਤੇ ਇਸ ਵਾਰ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਦਿੱਤਾ ਸਿਰਫ ਇਕੱਲਾ ਬਾਰਡਰ ਏਰੀਏ ਨੂੰ ਦਿੱਤਾ ਗਾ, ਜੋ ਕਿ ਸਾਨੂੰ ਸਾਰਿਆਂ ਨੂੰ ਇਹ ਪਤਾ ਗਾ ਕਿ ਜਿਹੜੇ ਕੈਂਡੀਡੇਟ ਅਸੀਂ ਇਹ ਕਹਿ ਸਕਦੇ ਹਾਂਗੇ ਕਿ 70-30 ਦਾ ਰੇਸੋ ਕਰ ਸਕਦੇ ਨੇ, ਵੀ ਜਿਹੜੇ ਜਿਨ੍ਹਾਂ ਦੇ ਬਾਅਦ ਵਿੱਚ ਨੰਬਰ ਹੋਵੇ ਉਹਨਾਂ ਨੂੰ ਬਾਰਡਰ ਏਰੀਏ ਦੇ ਵਿੱਚ ਚੋਇਸ ਦੇ ਅਕੋਰਡਿੰਗ ਨਾ ਦੇਣ। ਬਟ ਇਹ ਨਹੀਂ ਹੋ ਸਕਦਾ ਹੁੰਦਾ ਕਿ ਜਿਹੜੀ ਜਿੱਦਾਂ ਦੇ ਉਹ ਰਿਟਾਇਰਮੈਂਟ ਦੀ ਹੋਈ ਆਪਣੀ ਉਮਰ ਆ ਜਿਹੜੀ 58 ਸਾਲ ਤੱਕ ਉੱਥੇ ਹੀ ਰਹੇ। ਅਤੇ ਇਸ ਤਰ੍ਹਾਂ ਨਾਲ ਅੱਜ ਤੁਸੀਂ ਦੇਖਿਆ ਗਿਆ ਕਿ ਪਹਿਲਾਂ ਵੀ ਸਾਡੇ ਉੱਤੇ 24 ਨਵੰਬਰ ਨੂੰ ਵੀ ਲਾਠੀਚਾਰਜ ਹੋਇਆ ਗਾ, 17 ਨਵੰਬਰ ਨੂੰ ਵੀ ਲਾਠੀਚਾਰਜ ਹੋਇਆ ਸੀਗਾ, ਉਹਦੇ ਵਿੱਚ ਸਾਡੇ ਅਨੇਕਾਂ ਸੀਗੇ 24 ਦੇ ਕਰੀਬ ਸੀ ਜਿਹੜੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਸੀਗੀਆਂ, ਫੱਟੜ ਹੋਏ ਸੀਗੇ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਸੀ। ਅਤੇ ਅੱਜ ਵੀ ਉੱਦਾਂ ਦਾ ਹੀ ਮਾਹੌਲ ਲੱਗਦਾ ਗਾ ਕਿ ਜਿਹੜਾ ਹੈਗਾ ਗਾ ਇਹਨਾਂ ਨੇ ਪਾਣੀ ਦੀਆਂ ਵਿਛਾੜਾਂ ਦਾ ਵੀ ਇਹ ਲੱਗਦਾ ਕਿ ਅਸੀਂ ਸਾਡੇ ਨਾਲ ਤੁਸੀਂ ਦੇਖਿਆ ਗਾ ਕਿ ਹੁਣ ਵੀ ਧੱਕਾ ਮੁੱਕੀ ਹੋਈ ਹੈਗੀ। ਅਤੇ ਅੱਜ ਜਿਹੜਾ ਸਾਡਾ ਮੇਨ ਪਰਪਜ਼ ਆ ਉਹ ਅਸੀਂ ਉੱਥੋਂ DC ਦਫ਼ਤਰ ਅੱਗੋਂ ਜਿਹੜਾ ਧਰਨਾ ਸਾਡਾ ਪੱਕਾ ਚੱਲ ਰਿਹਾ ਸੀਗਾ ਉਹ ਉੱਥੋਂ ਤੋਂ ਸ਼ਿਫਟ ਕਰਕੇ ਇੱਥੇ ਲਗਾ ਰਹੇ ਹਾਂਗੇ। ਅਤੇ ਅਸੀਂ ਉਹਨਾਂ ਟਾਈਮ ਇੱਥੇ ਆਪਣਾ ਪੱਕਾ ਧਰਨਾ ਜਾਰੀ ਰੱਖਣਾ ਗਾ ਜਿੰਨਾ ਟਾਈਮ ਸਾਡੇ ਨਾਲ ਵਿਜੇਂਦਰ ਸਿੰਗਲਾ ਸਰ ਗੱਲ ਨਹੀਂ ਕਰਦੇ ਹੈਗੇ। ਜਿਹੜੀਆਂ ਇਹ ਪੋਸਟਾਂ ਨਾ ਮਾਤਰ ਪੋਸਟਾਂ ਦਿੱਤੀਆਂ ਨੇ, ਕਿਆ 2182 ਪੋਸਟਾਂ, ਜਦਕਿ 60,000 ਦੇ ਕਰੀਬ ਜਿਹੜਾ ਟੈਟ ਪਾਸ ਹੈਗਾ, 20,000 ਦੇ ਕਰੀਬ ਜਿਹੜਾ ਹੁਣ ਨਵਾਂ ਟੈਟ ਹੋਇਆ ਗਾ ਉਹਦਾ ਜਿਹੜੀ ਰਿਜ਼ਲਟ ਆ ਉਹ ਡਿਕਲੇਅਰ ਕਰਨਾ ਬਾਕੀ ਹੈਗਾ, ਆਂਸਰ ਕੀ ਪੈ ਚੁੱਕੀ ਆ, ਉਹਦੇ ਵਿੱਚ 20,000 ਦੇ ਲਗਭਗ ਹੋਰ ਜਿਹੜਾ ਟੈਟ ਪਾਸ ਕੈਂਡੀਡੇਟ ਆ ਰਿਹਾ ਹੈਗਾ। ਤੁਸੀਂ ਇਹ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇੰਨੇ 70,000-80,000 ਦੇ ਲਗਭਗ ਟੈਟ ਪਾਸ ਨੂੰ 2182 ਪੋਸਟਾਂ ਦੇਣੀਆਂ ਇੱਕ ਹਾਸੋਹੀਣਾ ਅਤੇ ਕੁਝ ਮਜ਼ਾਕ ਵਾਲੀ ਗੱਲ ਹੈਗੀ, ਜੋ ਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਨਾਕਾਮੀਆਂ ਦਿਖਾਉਂਦੀ ਹੋਈ ਹੈਗੀ। ਅਤੇ ਇਸ ਤਰ੍ਹਾਂ ਨਾਲ ਅਸੀਂ ਅੱਜ ਇੱਥੇ ਉਹਨਾਂ ਟਾਈਮ ਬੈਠੇ ਰਹਾਂਗੇ ਜਿੰਨਾ ਟਾਈਮ ਸਾਡੀਆਂ ਜਿਹੜੀਆਂ ਸਮੱਸਿਆਵਾਂ ਦਾ ਜਾਂ ਮੰਗਾਂ ਨੇ ਸਾਡੀਆਂ ਪੂਰੀਆਂ ਨਹੀਂ। ਜਿਹੜਾ DC ਦਫ਼ਤਰ ਅੱਗੇ ਧਰਨਾ ਲੱਗਾ ਹੋਇਆ ਉਹ ਤੁਸੀਂ ਚੱਕ ਕੇ ਇੱਥੇ ਸ਼ਿਫਟ ਕਰ ਦਿੱਤਾ ਗਿਆ? ਹਾਂਜੀ ਸਰ, ਅੱਜ ਅਸੀਂ ਉੱਥੋਂ ਹੁਣ ਇੱਥੇ ਸ਼ਿਫਟ ਕਰ ਰਹੇ ਹਾਂਗੇ ਅਤੇ ਇੱਥੇ ਹੀ ਬੈਠਾਂਗੇ ਹੁਣ ਅਸੀਂ ਜਿੰਨਾ ਟਾਈਮ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਜਦੋਂ ਤੱਕ 15,000 ਦੀਆਂ ਅਸਾਮੀਆਂ ਦੀ ਉਮਰ ਹੱਦ ਵਿੱਚ ਛੋੜ ਦੇਣ ਦੀ, ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਸਾਥੀ ਓਵਰੇਜ ਹੋ ਰਹੇ ਨੇ, ਭਾਵੇਂ ਵਾਅਦਾ ਕੀਤਾ ਅਨੇਕਾਂ ਵਾਰ ਸਿੱਖਿਆ ਮੰਤਰੀ ਨੇ, ਪਰੰਤੂ ਸਾਡੇ ਤੋਂ ਵਾਅਦੇ ਤੋਂ ਮੁੱਕਰ ਚੁੱਕੇ ਨੇ। 13 ਤਰੀਕ ਦੀ ਮੀਟਿੰਗ ਦੇ ਵਿੱਚ ਇਸ ਮੰਗ ਨੂੰ ਲੈ ਕੇ ਅਸੀਂ ਬੈਠੇ ਹੋਏ ਹਾਂ, ਜਦੋਂ ਤੱਕ ਇਹਨਾਂ ਮੰਗਾਂ 'ਤੇ ਸਰਕਾਰ ਸਾਡੀ ਸਹਿਮਤੀ ਨਹੀਂ ਬਣਾਉਂਦੀ ਉਦੋਂ ਤੱਕ ਅਸੀਂ ਇਸ ਥਾਂ 'ਤੇ ਬੈਠੇ ਹੋਏ।